ਖਬਰਾਂ ਦੇ ਬੁਲੇਟਿਨ ਦੇ ਸਪான்ਸਰ ਨੇ ਰਿਆਨਟਰ ਗੁਰਜਤੇਂਦਰ ਸਿੰਘ ਰੰਦਾਵਾ ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮਿਲ ਯੂਐਸਏ ਟੀਵੀ। ਮੈਂ ਹਾਂ ਸੰਜੀਵ ਯਸ਼ ਖੰਨਾ। ਖਬਰਾਂ ਦੇ ਬੁਲੇਟਿਨ ਦੇ ਵਿੱਚ ਸਵਾਗਤ। ਸਭ ਤੋਂ ਪਹਿਲਾਂ ਚੌਣਵੀਆਂ ਖਬਰਾਂ। ਵਾਈਟ ਹਾਊਸ ਦੀ ਸੁਰੱਖਿਆ ਵਿੱਚ ਵੱਡੀ ਟੈਲ ਕੰਪਾਊਂਡ ਗੇਟ ਨਾਲ ਟਕਰਾਈ ਕਾਰ ਡਰਾਈਵਰ ਗ੍ਰਫਤਾਰ ਡਾਕਟਰਾਂ ਦਾ ਚਮਤਕਾਰ ਪਹਿਲੀ ਵਾਰ 17 ਦਿਨਾਂ ਦੇ ਬੱਚੇ ਦਾ ਅਣਸ਼ਕ ਦਿਲ ਦਾ ਟ੍ਰਾਂਸਪਲੈਂਟ ਹੋਇਆ ਸਫਲ ਕੈਨੇਡਾ ਆਈ ਆਰ ਜੀ ਸੀ ਨੂੰ ਅਤਵਾਦੀ ਸੰਗਠਨ ਵਜੋਂ ਸੂਚੀਬੱਧ ਕਰਨ ਤੇ ਕਰ ਰਿਹਾ ਵਿਚਾਰ ਪੀ ਐਮ ਟਰੂਡੋ ਡਾਕਟਰ ਸੁਵੈਮਾਨ ਸਿੰਘ ਦਾ ਕੈਲੀਫੋਰਨੀਆ ਸਟੇਟ ਅਸੈਂਬਲੀ ਵਿੱਚ ਕੀਤਾ ਗਿਆ ਸਨਮਾਨ अलास्का एयरलाइंस ਦੇ ਜਹਾਜ਼ ਹਾਦਸੇ ਤੋਂ ਬਾਅਦ ਕੈਨੇਡੀਅਨ 에ਅਰਲਾਈਨਸ ਦਾ ਬਿਆਨ ਆਇਆ ਸਾਹਮਣੇ ਕੈਨੇਡਾ ਵਿੱਚ ਬਰਫ਼ੀਲੇ ਤੂਫਾਨ ਦੀ ਚੇਤਾਵਨੀ ਲੋਕਾਂ ਲਈ ਗਾਈਡਲਾਈਨ ਜਾਰੀ ਹੁਣ ਖਬਰਾਂ ਵਿਸਥਾਰ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੀ ਸਰਕਾਰੀ ਵਿਹਾਇਸ਼ ਵਾਈਟ ਹਾਊਸ ਵਾਸ਼ਿੰਗਟਨ ਡੀਸੀ ਵਿੱਚ ਸੁਰੱਖਿਆ ਵਿੱਚ ਵੱਡੀ ਟੱਲ ਦੀਆਂ ਖਬਰਾਂ ਨੇ ਜਿਸ ਵਿੱਚ ਬੀਤੀ ਰਾਤ ਇੱਕ ਕਾਰ ਵਾਈਟ ਹਾਊਸ ਦੇ ਗੇਟ ਨਾਲ ਟਕਰਾ ਗਈ ਹਾਲਾਂਕਿ ਇਸ ਹਾਦਸੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਘਟਨਾ ਦੇ ਸਮੇਂ ਅਮਰੀਕੀ ਰਾਸ਼ਟਰਪਤੀ ਵਾਈਟ ਹਾਊਸ ਵਿੱਚ ਮੌਜੂਦ ਨਹੀਂ ਸਨ ਪਿਛਲੇ ਮਹੀਨੇ ਹੀ ਜਦੋਂ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਦੀ ਸੁਰੱਖਿਆ ਖੁੰਝ ਗਈ ਸੀ ਤਾਂ ਇੱਕ ਕਾਰ ਵਾਈਟ ਹਾਊਸ ਦੇ ਗੇਟ ਨਾਲ ਟਕਰਾ ਗਈ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸੇ ਨੂੰ ਅੰਜਾਮ ਦੇਣ ਵਾਲੇ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਯੂਐਸ ਸੀਕ੍ਰੇਟ ਸਰਵਿਸ ਚੀਫ ਆਫ ਕਮਿਊਨੀਕੇਸ਼ਨਸ ਐਂਥਨੀ ਗੁਗਲੀ ਐਲਮੀ ਦੇ ਅਨੁਸਾਰ ਇਹ ਘਟਨਾ ਸੋਮਵਾਰ ਰਾਤ ਸਥਾਨਕ ਸਮੇਂ ਅਨੁਸਾਰ ਕਰੀਬ 6 ਵਜੇ ਦੇ ਕਰੀਬ ਵਾਪਰੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਰਾਸ਼ਟਰਪਤੀ ਜੋ ਬਾਈਡਨ ਦੇ ਕਾਫਲੇ ਨੂੰ ਇੱਕ ਕਾਰ ਨੇ ਟੱਕਰ ਮਾਰ ਦਿੱਤੀ ਸੀ ਜ਼ਿਕਰ ਯੋਗ ਹੈ ਕਿ ਇਸ ਸਾਲ ਅਮਰੀਕਾ ਵਿੱਚ ਰਾਸ਼ਟਰਪਤੀ ਦੀ ਚੋਣ ਹੋਣ ਜਾ ਰਹੀ ਹੈ ਇਸ ਤੋਂ ਪਹਿਲਾਂ ਸਾਲ 2020 ਵਿੱਚ ਵੱਡੀ ਗਿਣਤੀ ਵਿੱਚ ਡੋਨਲਡ ਟਰੰਪ ਦੇ ਸਮਰਥਕਾਂ ਨੇ ਵਾਈਟ ਹਾਊਸ ਅਸਥਿਤ ਕੈਪੀਟਲ ਹਿਲ ਵਿੱਚ ਹਿੰਸਕ ਘਟਨਾਵਾਂ ਨੂੰ ਅੰਜਾਮ ਦੇ ਦਿੱਤਾ ਸੀ ਅਮਰੀਕਾ ਦੇ ਸੂਬੇ ਨਾਰਥ ਕੈਰੋਲਿਨਾ ਦੇ ਅਮਰੀਕੀ ਡਾਕਟਰਾਂ ਨੇ ਇਤਿਹਾਸ ਰਚ ਦਿੱਤਾ ਜਿਨ੍ਹਾਂ ਨੇ ਦਿਲ ਦੀ ਸਮੱਸਿਆ ਨਾਲ ਪੀੜਿਤ ਇੱਕ ਬੱਚੇ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ ਇਸ ਬੱਚੇ ਦਾ ਨਾਮ ਓਵੈਨ ਮੋਨਰੋ ਹੈ ਜੋ ਹੁਣ 2 ਮਹੀਨਿਆਂ ਦਾ ਹੋ ਗਿਆ ਹੈ ਜੋ ਅੰਸ਼ਕ ਦਿਲ ਦਾ ਟ੍ਰਾਂਸਪਲੈਂਟ ਪ੍ਰਾਪਤ ਕਰਨ ਵਾਲਾ ਦੁਨੀਆ ਦਾ ਪਹਿਲਾ ਬੱਚਾ ਹੈ ਡਿਊਕ ਚਿਲਡਰਨ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ ਓਵੈਨ ਮੋਨਰੋ ਨੂੰ ਦਿਲ ਵਿੱਚ ਗੰਭੀਰ ਨੁਕਸਾਨ ਸੀ ਅਤੇ ਜਨਮ ਤੋਂ ਸਿਰਫ 17 ਦਿਨਾਂ ਬਾਅਦ ਡਾਕਟਰ ਜੋਸਫ ਡਬਲੂ ਤੁਰਕ ਨੇ ਉਸ ਦੀ ਸਰਜਰੀ ਕਰਵਾਉਣ ਦਾ ਫੈਸਲਾ ਕੀਤਾ ਅਤੇ ਉਸ ਨੇ ਇੱਕ ਜੀਵਤਦਾਨੀ ਇੱਕ ਬੱਚੇ ਤੋਂ ਵਾਲਵ ਅਤੇ ਧਮਨੀਆਂ ਪ੍ਰਾਪਤ ਕੀਤੀਆਂ ਸਰਜਰੀ ਨੂੰ 1.5 ਸਾਲ ਹੋ ਗਿਆ ਹੈ ਅਤੇ ਉਹ ਬੋਨ ਪੂਰੀ ਤਰ੍ਹਾਂ ਠੀਕ ਹੋ ਗਿਆ ਹੈ ਅਮਰੀਕਨ ਮੈਡੀਕਲ ਜਨਰਲ ਨੇ ਇਸ ਦੁਰਲਭ ਮਾਮਲੇ ਦਾ ਅਧਿਐਨ ਪ੍ਰਕਾਸ਼ਿਤ ਕੀਤਾ ਹੈ ਸਰਜਰੀ ਦੀ ਅਗਵਾਈ ਕਰਨ ਵਾਲੇ ਡਾਕਟਰ ਤੁਰੇਕ ਹੈ ਜਿਨ੍ਹਾਂ ਉਸ ਦੇ ਦਿਲ ਦਾ ਟ੍ਰਾਂਸਪਲੈਂਟ ਕੀਤਾ ਅਤੇ 8 ਘੰਟੇ ਦੀ ਸਰਜਰੀ ਸੀ ਅਪ੍ਰੈਲ 2022 ਵਿੱਚ ਜਨਮ ਤੋਂ ਕੁਝ ਘੰਟਿਆਂ ਬਾਅਦ ਓਵੇਨ ਮੋਨਰੋ ਨੂੰ ਦਿਲ ਦਾ ਦੌਰਾ ਪੈਣ ਦੇ ਉਹ ਚੌਥੇ ਪੜਾਅ ਵਿੱਚ ਸੀ ਡਾਕਟਰਾਂ ਦੀ ਜਾਂਚ ਤੋਂ ਪਤਾ ਲੱਗਾ ਕਿ ਉਸ ਨੂੰ ਟਰੰਕਸ ਆਡੀਓਫਸ ਸੀ ਭਾਵ ਉਸ ਦੇ ਦਿਲ ਦੀਆਂ ਦੋ ਮੁੱਖ ਤਮਨੀਆਂ ਜੁੜੀਆਂ ਹੋਈਆਂ ਸਨ ਅਤੇ ਵਾਲਵ ਵਿੱਚੋਂ ਇੱਕ ਲੀਕੇਜ ਸੀ ਬੱਚੇ ਦੇ ਮਾਪੇ ਟਾਈਲਰ ਅਤੇ ਨਿਕ ਮਾਪਿਆਂ ਨੇ ਦੱਸਿਆ ਕਿ ਬੱਚੇ ਨੂੰ ਹਾਰਟ ਟ੍ਰਾਂਸਪਲੈਂਟ ਦੀ ਲੋੜ ਹੈ ਅਜਿਹੇ ਦਿਲ ਨੂੰ ਪ੍ਰਾਪਤ ਕਰਨ ਲਈ 6 ਮਹੀਨੇ ਲੱਗ ਸਕਦੇ ਨੇ ਅਤੇ ਉਹਨਾਂ ਦਾ ਬੱਚਾ ਓਵੇਨ ਇੰਨਾ ਜ਼ਿਆਦਾ ਇੰਤਜ਼ਾਰ ਨਹੀਂ ਕਰ ਸਕਦਾ ਡਾਕਟਰਾਂ ਮੁਤਾਬਕ ਇੱਕ ਨਕਲੀ ਵਾਲਵ ਦੀ ਝੋਣ ਕਰਨ ਲਈ ਅਕਸਰ ਇਸ ਨੂੰ ਬਦਲਣ ਦੀ ਲੋੜ ਹੁੰਦੀ ਹੈ ਕਿਉਂਕਿ ਇਹ ਵੱਡਾ ਹੁੰਦਾ ਹੈ। ఓਵੈਨ ਦੇ ਮਾਤਾ-ਪਿਤਾ ਨੇ ਮਹਿਸੂਸ ਕੀਤਾ ਕਿ ਉਸ ਲਈ ਕੋਈ ਵਿਕਲਪ ਨਹੀਂ ਸਨ। ਇਸ ਲਈ ਉਹਨਾਂ ਨੇ ਸਭ ਤੋਂ ਵਧੀਆ ਹੋਣ ਦੀ ਉਮੀਦ ਨਹੀਂ ਸੀ। ఓਵੈਨ ਦੇ ਕੇਸ ਵਿੱਚ ਅਜਿੰਦਾ ਟਿਸ਼ੂ ਪ੍ਰਭਾਵਸ਼ਾਲੀ ਨਹੀਂ ਸੀ ਕਿਉਂਕਿ ਉਹ ਉਮਰ ਦੇ ਨਾਲ ਵਿਕਸਿਤ ਨਹੀਂ ਹੋ ਸਕਦਾ ਸੀ। ఓਵੈਨ ਕੈਨ ਵਰਗੇ ਬੱਚੇ ਨੂੰ ਟ੍ਰਾਂਸਪਲਾਂਟ ਦੀ ਲੋੜ ਸੀ ਪਰ ਉਸਦੇ ਵਾਲਵ ਵਧੀਆ ਕੰਮ ਕਰਦੇ ਸਨ। ਇਹ ਉਸਦੇ ਮਾਤਾ-ਪਿਤਾ ਕੈਨ ਦੀ ਕੁਰਬਾਨੀ ਸੀ। ਜਿਸ ਨੇ ਓਵੈਨ ਦੀ ਜਾਨ ਬਚਾਈ ਡਾਕਟਰ ਜੋਸਫ ਤੁਰਕ ਮੁਤਾਬਕ ਬੱਚੇ ਓਵੈਨ ਦੀ ਮਾਂ ਨੇ ਪੁੱਛਿਆ ਕਿ ਕੀ ਤੁਸੀਂ ਪਹਿਲਾਂ ਇਸ ਤਰ੍ਹਾਂ ਦੀ ਕੋਈ ਸਰਜਰੀ ਕੀਤੀ ਹੈ ਮੈਂ ਸਪਸ਼ਟ ਤੌਰ ਤੇ ਕਿਹਾ ਕਿ ਇਹ ਮੇਰਾ ਪਹਿਲਾ ਕੇਸ ਹੈ ਤੁਸੀਂ ਸਾਡੇ ਤੇ ਭਰੋਸਾ ਕਰਦੇ ਹੋਏ ਉਹ ਲਾਈਵ ਟਿਸ਼ੂ ਦੇ ਅੰਸ਼ਕ ਦਿਲ ਦੇ ਟ੍ਰਾਂਸਪਲੈਂਟ ਲਈ ਬੱਚੇ ਦੇ ਮਾਤਾ ਪਿਤਾ ਸਹਿਮਤ ਹੋ ਗਏ ਅਤੇ 8 ਘੰਟੇ ਦੀ ਸਰਜਰੀ ਦੇ ਦੌਰਾਨ ਡਾਕਟਰਾਂ ਨੇ ਕਿਸੇ ਦਾਨੀ ਤੋਂ ਵਾਲਵ ਨਾਲ ਧਮਨੀਆਂ ਨੂੰ ਜੋੜਿਆ 28 ਦਿਨਾਂ ਬਾਅਦ ਉਹ ਘਰ ਜਾ ਸਕਿਆ ਹੰਟ ਸਰਜਰੀ ਨੂੰ ਡੇਢ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਓਵਨ ਪੂਰੀ ਤਰ੍ਹਾਂ ਸਿਹਤਮੰਦ ਹੈ ਉਸਦੇ ਵਾਲਵ ਅਤੇ ਧਮਨੀਆਂ ਇਸ ਤਰ੍ਹਾਂ ਵੱਧ ਰਹੀਆਂ ਨੇ ਜਿਵੇਂ ਉਹ ਉਸ ਦੀਆਂ ਆਪਣੀਆਂ ਸਨ ਓਵਨ ਦੇ ਸਫਲ ਕੇਸ ਨੇ 12 ਹੋਰ ਬੱਚਿਆਂ ਲਈ ਜੀਵਨ ਬਚਾਉਣ ਦੀ ਪ੍ਰਕਿਰਿਆ ਦਾ ਰਾਹ ਪੱਧਰਾ ਕਰ ਦਿੱਤਾ ਇਸ ਵਿੱਚ ਕਮਜ਼ੋਰ ਦਿਲਾਂ ਤੋਂ ਚੰਗੇ ਵਾਲਵ ਲੈ ਕੇ ਲੋੜਵੰਦਾਂ ਨੂੰ ਦਿੱਤੇ ਜਾ ਸਕਦੇ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਉਹਨਾਂ ਦੀ ਸਰਕਾਰ ਈਰਾਨ ਦੇ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰ ਨੂੰ ਅਤਵਾਦੀ ਸੰਗਠਨ ਵੱਜੋਂ ਸੂਚੀਬੱਧ ਕਰਨ ਦੇ ਤਰੀਕਿਆਂ ਦੇ ਵਿਚਾਰ ਕਰ ਰਹੀ ਹੈ ਟਰੂਡੋ ਨੇ ਸੋਮਵਾਰ ਨੂੰ ਫਲਾਈਟ PS752 ਦੇ ਪੀੜਤਾਂ ਦੀ ਯਾਦ ਵਿੱਚ ਇੱਕ ਸਮਾਰੋਹ ਵਿੱਚ ਇਹ ਟਿੱਪਣੀ ਕੀਤੀ ਦੱਸ ਦਈਏ ਕਿ ਹਵਾਈ ਜਹਾਜ਼ ਨੂੰ 8 ਜਨਵਰੀ 2020 ਨੂੰ ਤਹਿਰਾਨ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਨ ਭਰਨ ਤੋਂ ਤੁਰੰਤ ਬਾਅਦ ਈਰਾਨ ਵੱਲੋਂ ਡੇਕ ਦਿੱਤਾ ਗਿਆ ਸੀ ਜਿਸ ਵਿੱਚ 55 ਕੈਨੇਡੀਅਨ ਨਾਗਰਿਕਾਂ ਅਤੇ 30 ਸਥਾਈ ਨਿਵਾਸੀਆਂ ਸਮੇਤ 176 ਲੋਕ ਮਾਰੇ ਗਏ ਸਨ ਪੀੜਤ ਪਰਿਵਾਰ ਸਾਲਾਂ ਤੋਂ ਸਰਕਾਰ ਤੋਂ IRGC ਨੂੰ ਅਤਵਾਦੀ ਸੰਗਠਨ ਵਜੋਂ ਸੂਚੀਬੱਧ ਕਰਨ ਦੀ ਮੰਗ ਕਰ ਰਹੇ ਨੇ ਡਾਕਟਰ ਸੁਵੈਮਾਨ ਸਿੰਘ ਦਾ ਨਾਮ ਉਦੋਂ ਸੁਰਖੀਆਂ ਵਿੱਚ ਆਇਆ ਸੀ ਜਦੋਂ ਦਿੱਲੀ ਦੇ ਬਾਰਡਰ ਤੇ ਕਿਸਾਨ ਅੰਦੋਲਨ ਚੱਲਿਆ ਸੀ ਇਸ ਅੰਦੋਲਨ ਦੌਰਾਨ ਡਾਕਟਰ ਸੁਵੈਮਾਨ ਸਿੰਘ ਨੇ ਉੱਥੇ ਕੈਲੀਫੋਰਨੀਆ ਪਿੰਡ ਸਥਾਪਿਤ ਕਰਕੇ ਹਜ਼ਾਰਾਂ ਮਰੀਜ਼ਾਂ ਦਾ ਮੁਫਤ ਇਲਾਜ ਕੀਤਾ ਸੀ ਇਨ੍ਹਾਂ ਪ੍ਰਾਪਤੀਆਂ ਨੂੰ ਦੇਖਦਿਆਂ ਹੋਇਆਂ ਕੈਲੀਫੋਰਨੀਆ ਦੀ ਪਹਿਲੀ ਚੁਣੀ ਹੋਈ ਸਿੱਖ ਅਸੈਂਬਲੀ ਮੈਂਬਰ ਡਾਕਟਰ ਜਸਮੀਤ ਕੌਰ ਬੈਂਸ ਨੇ ਡਾਕਟਰ ਸੁਵੈਮਾਨ ਸਿੰਘ ਦੇ ਸਨਮਾਨ ਵਿੱਚ ਕੈਲੀਫੋਰਨੀਆ ਅਸੈਂਬਲੀ ਵਿੱਚ ਇੱਕ ਮਤਾ ਪੇਸ਼ ਕੀਤਾ ਜੋ ਕਿ ਸਰਬਸੰਮਤੀ ਨਾਲ ਅਸੈਂਬਲੀ ਮੈਂਬਰਾਂ ਵੱਲੋਂ ਪਾਸ ਕਰ ਦਿੱਤਾ ਗਿਆ ਇਸ ਦੌਰਾਨ ਅਸੈਂਬਲੀ ਵਿੱਚ ਉਹਨਾਂ ਨੇ ਡਾਕਟਰ ਜਸਮੀਤ ਕੌਰ ਬੈਂਸ ਨੇ ਮਤੇ ਰਾਹੀਂ ਕਿਹਾ ਕਿ ਡਾਕਟਰ ਸੁਵੈਮਾਨ ਸਿੰਘ ਨੇ ਡਾਕਟਰ ਹੁੰਦਿਆਂ ਹੋਇਆਂ ਸਮਾਜ ਸੇਵਾ ਵਿੱਚ ਅਣਮੁੱਲਾ ਯੋਗਦਾਨ ਪਾਇਆ। ਉਹਨਾਂ ਨੇ ਮਤੇ ਰਾਹੀਂ ਕਿਹਾ ਕਿ ਡਾਕਟਰ ਸੁਵੈਮਾਨ ਸਿੰਘ 10 ਸਾਲ ਦੀ ਉਮਰ ਵਿੱਚ ਆਪਣੇ ਪਰਿਵਾਰ ਨਾਲ ਨਿਊ ਜਰਸੀ ਆਏ ਸਨ ਜਿੱਥੇ ਉਹਨਾਂ ਨੇ ਮੈਡੀਕਲ ਦੀ ਪੜ੍ਹਾਈ ਕੀਤੀ। ਇਸ ਮਤੇ ਰਾਹੀਂ ਕਿਹਾ ਗਿਆ ਕਿ ਡਾਕਟਰ ਸੁਵੈਮਾਨ ਸਿੰਘ ਨੇ ਸਾਲ 2021 ਦੌਰਾਨ ਨਵੀਂ ਦਿੱਲੀ ਵਿੱਚ ਕਿਸਾਨ ਅੰਦੋਲਨ ਦੌਰਾਨ ਜੋ ਡਾਕਟਰੀ ਸੇਵਾਵਾਂ ਸਥਾਨਕ ਲੋਕਾਂ ਨੂੰ ਦਿੱਤੀਆਂ ਅਤੇ ਉਹਨਾਂ ਦਾ ਇਲਾਜ ਕੀਤਾ ਉਹ ਬੇਮਿਸਾਲ ਸੀ। ਮਤੇ ਵਿੱਚ ਇਹ ਵੀ ਕਿਹਾ ਗਿਆ ਇਹ ਡਾਕਟਰ ਸੁਵੈਮਾਨ ਸਿੰਘ ਨੇ ਅਮਰੀਕਾ ਵਿੱਚ ਆਪਣੀ ਨੌਕਰੀ ਦੀ ਪਰਵਾਹ ਨਾ ਕਰਦਿਆਂ ਹੋਇਆਂ ਹਮੇਸ਼ਾ ਹੀ ਜ਼ਰੂਰਤਮੰਦਾਂ ਦੀ ਮਦਦ ਕੀਤੀ ਹੈ ਮਤੇ ਵਿੱਚ ਕਿਹਾ ਗਿਆ ਕਿ ਸਾਨੂੰ ਡਾਕਟਰ ਸੁਵੈਮਾਨ ਸਿੰਘ ਨੂੰ ਜ਼ਿੰਦਗੀ ਭਰ ਦੀਆਂ ਪ੍ਰਾਪਤੀਆਂ ਲਈ ਸਨਮਾਨ ਕਰਨ ਵਿੱਚ ਖੁਸ਼ੀ ਮਹਿਸੂਸ ਹੁੰਦੀ ਹੈ ਅਤੇ ਉਹਨਾਂ ਉਮੀਦ ਕੀਤੀ ਕਿ ਉਹਨਾਂ ਦਾ ਇਹ ਸਫ਼ਰ ਹਮੇਸ਼ਾ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਅਸੈਂਬਲੀ ਮੈਂਬਰ ਡਾਕਟਰ ਜਸਮੀਤ ਕੌਰ ਬੈਸ ਵੱਲੋਂ ਪੜੇਗਾ ਇਸ ਮਤੇ ਤੋਂ ਬਾਅਦ ਹਾਲ ਵਿੱਚ ਮੌਜੂਦ ਸਮੂੱਚੇ ਮੈਂਬਰਾਂ ਵੱਲੋਂ ਜ਼ੋਰਦਾਰ ਤਾੜੀਆਂ ਨਾਲ ਇਸ ਮਤੇ ਦੇ ਹੱਕ ਵਿੱਚ ਸਵਾਗਤ ਕੀਤਾ ਗਿਆ ਇਸ ਮੌਕੇ ਪਾਰਿਕੰਟ ਦੇ ਵਿੱਚ ਸਿੱਖ ਪਾਈਚਾਰੇ ਦੇ ਲੋਕ ਹਾਜ਼ਰ ਸਨ ਜੋ ਕਿ ਕੈਲੀਫੋਰਨੀਆ ਦੇ ਵੱਖ-ਵੱਖ ਸ਼ਹਿਰਾਂ ਤੋਂ ਇੱਥੇ ਪਹੁੰਚੇ ਸਨ ਪ੍ਰਮੁੱਖ ਤੌਰ ਤੇ ਇਹਨਾਂ ਵਿੱਚ ਗੁਰ ਜਤਿੰਦਰ ਸਿੰਘ ਰੰਦਾਵਾ ਡਾਕਟਰ ਜਸਬੀਰ ਸਿੰਘ ਕੰਗ ਡਾਕਟਰ ਲਖਵਿੰਦਰ ਸਿੰਘ ਰੰਦਾਵਾ ਡਾਕਟਰ ਹਰਕੇਸ਼ ਸਿੰਘ ਸੰਧੂ ਅਮਰਜੀਤ ਪੰਨੂ ਐਚ ਐਸ ਪੰਨੂ ਸੰਗਰਾਮ ਸਿੰਘ ਅਮਰਿਤਕੌਰ ਬੈਂਸ ਇਕਬਾਲ ਚੋਹਾਨ ਪਵਿੱਤਰ ਨਾਹਲ ਕੁਲਦੀਪ ਸਿੰਘ ਅਟਵਾਲ ਡਾਕਟਰ ਸਰਬਜੀਤ ਸਿੰਘ ਡਾਕਟਰ ਕਾਲੋਵੀ ਹਾਜ਼ਰ ਸਨ कैनेडियन एयरलाइंस का कहना है कि वो बोइंग सैवन थ्री सैवन स्लैश नाइन मैक्स जैट लाइनर नहीं उड़ादियां जिन्होंने उड़ान दौरान अलास्का एयरलाइंस के जहाज़ में विस्फोट तो बाद यू एस रेगूलेटर ने रोक दिता है अलास्का एयरलाइंस सैवन थ्री सैवन स्लैश नाइन मैक्स जैट लाइनर ने शुक्रवार देर रात ओरेगन तो लगभग पांच किलोमीटर उपर टैक ऑफ करने तो ਥੋੜੀ ਦਰ ਬਾਅਦ ਇੱਕ ਖਿੜਕੀ ਅਤੇ ਇਸ ਦੇ ਫਿਊਜ਼ਲਸ ਦੇ ਇੱਕ ਹਿੱਸੇ ਨੂੰ ਉਡਾ ਦਿੱਤਾ ਜਿਸ ਨਾਲ ਇੱਕ ਵੱਡਾ ਛੇਦ ਹੋ ਗਿਆ ਇਸ ਮਗਰੋਂ ਪਾਇਲਟਾ ਨੇ 174 ਯਾਤਰੀਆਂ ਤੇ ਚਾਲਕ ਦਲ ਦੇ 6 ਮੈਂਬਰਾਂ ਨਾਲ ਐਮਰਜੈਂਸੀ ਲੈਂਡਿੰਗ ਕਰਨ ਲਈ ਮਜਬੂਰ ਹੋਣਾ ਪਿਆ ਇਸ ਦੌਰਾਨ ਯਾਤਰੀਆਂ ਨੇ ਆਕਸੀਜਨ ਮਾਸਕ ਪਹਿਨੇ ਹੋਏ ਸਨ 에ਅਰ ਕੈਨੇਡਾ ਵੈਸਟ ਜੈਟ ਸੈਮਵਿੰਗ 에ਅਰਲਾਈਨਸ ਫਲੇਅਰ 에ਅਰਲਾਈਨਸ ਅਤੇ ਲਿੰਕਸ 에ਅਰ ਸਮੀਥ ਸਾਰੀਆਂ 에ਅਰਲਾਈਨਸ ਦਾ ਕਹਿਣਾ ਹੈ ਕਿ ਉਹ 737/8 ਮੈਕਸ ਜੈਟ ਲਾਈਨਰ ਉਡਾਉਂਦੇ ਨੇ ਜਦੋਂ ਕਿ ਪੋਰਟਰ 에ਅਰਲਾਈਨਸ ਕੋਈ ਬੋਇੰਗ ਜਹਾਜ਼ ਨਹੀਂ ਉਡਾਉਂਦੀਆਂ 에ਅਰ ਕੈਨੇਡਾ ਦਾ ਕਹਿਣਾ ਹੈ ਕਿ 737/8 ਮੈਕਸ ਸੀਰੀਜ਼ ਵਿੱਚ ਉਸਦੇ 40 ਹਜ਼ਾਰ ਵਿੱਚ ਮੈਕਸ 9 ਦੀ ਮਿਡ ਕੈਬਿਨ ਐਗਜ਼ਿਸਟ ਡੋਰ ਕਨਫਿਗਰੇਸ਼ਨ ਨਹੀਂ ਹੈ ਵੈਸਟ ਜੈਟ ਦੀ ਬਲਾਰਨ ਜੂਲੀਆ ਕੈਸਰ ਦਾ ਕਹਿਣਾ ਹੈ ਕਿ 에ਅਰਲਾਈਨਸ ਦੇ ਮੈਕਸ 8 ਜਹਾਜ਼ਾਂ ਵਿੱਚ ਵੀ ਉਹੀ ਦਰਵਾਜ਼ਾ ਨਹੀਂ ਹੈ ਜਿਸ ਤੇ ਅਲਾਸਕਾ 에ਅਰਲਾਈਨਸ ਦੀ ਘਟਨਾ ਦਾ ਸਵਾਲ ਹੈ ਕੰਪਨੀ ਇਹ ਯਕੀਨੀ ਬਣਾਉਣ ਲਈ ਬੋਇੰਗ ਨਾਲ ਨਿਰੰਤਰ ਸੰਪਰਕ ਵਿੱਚ ਹੈ ਕਿ ਮੈਕਸ 8 ਫਲੀਟ ਤੋਂ ਕੋਈ ਪ੍ਰਭਾਵ ਨਾ ਹੋਵੇ। ਟ੍ਰਾਂਸਪੋਰਟ ਕੈਨੇਡਾ ਨੇ ਦੋ ਵਿਦੇਸ਼ੀ ਦੁਰਘਟਨਾਵਾਂ ਤੋਂ ਬਾਅਦ ਮਾਰਚ 2019 ਵਿੱਚ ਦੇਸ਼ ਵਿੱਚ ਬੋਇੰਗ 737 ਮੈਕਸ 에ਅਰਕ੍ਰਾਫਟ ਨੂੰ ਰੋਕ ਦਿੱਤਾ ਸੀ ਜਿਸ ਵਿੱਚ 340 ਲੋਕ ਮਾਰੇ ਗਏ ਸਨ ਪਰ ਜਨਵਰੀ 2021 ਵਿੱਚ ਆਰਡਰ ਨੂੰ ਹਟਾ ਦਿੱਤਾ ਗਿਆ। US ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਨੂੰ US 에어ਲਾਈਨ ਦੁਆਰਾ ਸੰਚਾਲਿਤ ਜਾਂ ਵਿਦੇਸ਼ੀ ਕੈਰੀਅਰਾਂ ਦੁਆਰਾ ਸੰਯੁਕਤ ਰਾਜ ਵਿੱਚ ਉਡਾਨ ਭਰਨ ਵਾਲੇ ਮੈਕਸ 9 ਜਹਾਜ਼ਾਂ ਦੀ ਤੁਰੰਤ ਜਾਂਚ ਦੀ ਲੋੜ ਹੈ ਰੈਗੂਲੇਟਰ ਦਾ ਕਹਿਣਾ ਹੈ ਕਿ ਇਸ ਆਦੇਸ਼ ਨਾਲ ਦੁਨੀਆ ਭਰ ਦੇ ਲਗਭਗ 171 ਜਹਾਜ਼ ਪ੍ਰਭਾਵਿਤ ਹੋਣਗੇ बोइंग ने शुक्रवार ਨੂੰ ਇੱਕ ਸੰਖੇਪ ਬਿਆਨ ਵਿੱਚ ਕਿਹਾ ਕਿ ਉਹ ਅਲਾਸਕਾ 에어ਲਾਈਨਸ ਦੀ ਘਟਨਾ ਤੋਂ ਜਾਣੂ ਸੀ ਅਤੇ ਹੋਰ ਜਾਣਕਾਰੀ ਇਕੱਠੀ ਕਰਨ ਲਈ ਕੰਮ ਕਰ ਰਹੀ ਸੀ ਮੈਕਸ ਇਸ ਸਮੇਂ 3 ਸੰਸਕਰਣ 8 9 ਅਤੇ 10 ਹਨ ਜੋ ਮੁੱਖ ਤੌਰ ਤੇ ਆਕਾਰ ਵਿੱਚ ਵੱਖਰੇ ਨੇ ਬੋਇੰਗ ਦੇ ਵਕਾਰੀ 737 ਦਾ ਸਭ ਤੋਂ ਨਵਾਂ ਸੰਸਕਰਣ ਹੈ ਜੋ ਕਿ ਦੋ ਇੰਜਣ ਸਿੰਗਲ ਆਈਸਲ ਪਲੇਨ ਹੈ ਦੁਨੀਆ ਦੇ ਵੱਖ-ਵੱਖ ਹਿੱਸਿਆਂ માં ਕੈਨੇਡਾ ਵਿੱਚ ਵੀ ਮੌਜੂਦਾ ਸਮੇਂ ਕੜਾਕੇ ਦੀ ਠੰਡ ਪੈ ਰਹੀ ਹੈ ਇਸ ਦੌਰਾਨ ਐਨਵਾਇਰਨਮੈਂਟ ਕੈਨੇਡਾ ਨੇ ਸਰਦੀਆਂ ਦੇ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਜਿਸ ਨਾਲ ਭਾਰੀ ਬਰਫਬਾਰੀ ਹੋ ਰਹੀ ਹੈ ਅਤੇ ਬਰਫ ਜੰਮਣ ਦਾ ਖਤਰਾ ਹੈ ਐਨਵਾਇਰਨਮੈਂਟ ਕੈਨੇਡਾ ਅਨੁਸਾਰ ਟੋਰਾਂਟੋ ਯਾਰਕ ਪੀਲ ਹਾਲਟਨ ਅਤੇ ਡਰਹਮ ਖੇਤਰਾਂ ਦੇ ਸ਼ਹਿਰਾਂ ਦੇ ਨਾਲ ਮੰਗਲਵਾਰ ਤੋਂ 5 ਤੋਂ 10 ਸੈਂਟੀਮੀਟਰ ਤੱਕ ਬਰਫਬਾਰੀ ਹੋਣ ਦੀ ਸੰਭਾਵਨਾ ਹੈ ਨਿਊ ਮਾਰਕੀਟ ਅਤੇ ਕੈਲਡਨ ਵਰਗੇ ਖੇਤਰਾਂ ਵਿੱਚ ਕਿਤੇ ਵੀ 10 ਤੋਂ 15 ਸੈਂਟੀਮੀਟਰ ਉੱਚੀ ਬਰਫ ਜਮ੍ਹਾਂ ਹੋਣ ਦੀ ਸੰਭਾਵਨਾ ਹੈ ਇਹਨਾਂ ਖੇਤਰਾਂ ਲਈ ਮੌਸਮ ਏਜੰਸੀ ਨੇ ਕਿਹਾ ਕਿ ਬਰਫ ਜੰਮਣ ਦਾ ਖਤਰਾ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਡਰਾਈਵਿੰਗ ਦੀਆਂ ਸਥਿਤੀਆਂ ਖਤਰਨਾਕ ਹੋਣਗੀਆਂ ਖਾਸ ਤੌਰ ਤੇ ਸ਼ਾਮ ਤੱਕ ਕਿਉਂਕਿ ਤਾਪਮਨ ਠੰਡ ਦੇ ਨਿਸ਼ਾਨ ਤੋਂ ਵੱਧ ਜਾਂਦਾ ਹੈ ਐਨਵਾਇਰਨਮੈਂਟ ਕੈਨੇਡਾ ਨੇ ਕਿਹਾ ਕਿ অন্ਟਾਰੀਓ ਚੀਲ ਦੇ ਨੇੜਲੇ ਖੇਤਰਾਂ ਵਿੱਚ ਸਵੇਰ ਦੇ ਸਫ਼ਰ ਤੋਂ ਬਾਅਦ ਸਭ ਤੋਂ ਭਾਰੀ ਬਰਫ਼ ਪੈਣ ਦੀ ਸੰਭਾਵਨਾ ਹੈ ਪਰ ਦੁਪਹਿਰ ਨੂੰ ਸਥਿਤੀ ਹੋਰ ਖਰਾਬ ਹੋ ਸਕਦੀ ਹੈ بارش ਦੀ ਮਾਤਰਾ 20 ਤੋਂ 40 ਮਿਲੀਮੀਟਰ ਦੇ ਵਿੱਚਕਾਰ ਹੋਣ ਦੀ ਉਮੀਦ ਹੈ ਏਜੰਸੀ ਨੇ ਸੌਲਟ ਸੈਟੀ ਸਮੀਥ ਮੱਧ ਪੂਰਵੀ ਅਤੇ ਉੱਤਰੀ অন্ਟਾਰੀਓ ਦੇ ਕੁਝ ਹਿੱਸਿਆਂ ਨੂੰ ਤੂਫਾਨ ਦੀ ਨਿਗਰਾਨੀ ਹੇਠ ਰੱਖਿਆ ਹੈ ਮੈਰੀ ਅਤੇ ਗ੍ਰੇਟਰ ਸੈੱਟ ਬਰੀ ਵਿੱਚ ਵੀ 15 ਅਤੇ 30 ਸੈਂਟੀਮੀਟਰ ਦੇ ਵਿਚਕਾਰ ਮੀਂਹ ਪੈਣ ਦੀ ਸੰਭਾਵਨਾ ਹੈ। TTC ਦੇ ਇੱਕ ਰਿਲੀਜ਼ ਵਿੱਚ ਆਉਣ ਵਾਲੇ ਮੌਸਮ ਦੇ ਮੱਦੇਨਜ਼ਰ ਡਰਾਈਵਰਾਂ ਨੂੰ ਆਪਣੀਆਂ ਕਾਰਾਂ ਘਰ, ਛੱਤਣ ਅਤੇ ਟਰਾਂਜ਼ਿਟ ਲੈਣ ਲਈ ਕਿਹਾ ਹੈ। ਤੂਫਾਨ ਨਾਲ ਨਜਿੱਠਣ ਲਈ ਪੂਰੇ ਸ਼ਹਿਰ ਵਿੱਚ ਵਾਧੂ ਕਰਮਚਾਰੀਆਂ ਅਤੇ ਵਾਹਨਾਂ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ ਜੋ ਲੂਣ, ਬਰਫ਼ ਦੀਆਂ ਸਾਫ਼ ਸਤਹਾਂ ਨੂੰ ਫੈਲਾਉਣਗੇ। ਇਹ ਪਾਵਰ ਰੇਲ ਅਤੇ ਟ੍ਰੈਕਾਂ ਨੂੰ ਬਰਫ਼ ਅਤੇ ਬਰਫ਼ ਤੋਂ ਸਾਫ਼ ਕਰਨ ਲਈ ਐਂਟੀ-ਆਇਸਿੰਗ ਟ੍ਰੇਨਾਂ ਨੂੰ ਵਿਚਲਾਏਗਾ। ਇਸ ਦੇ ਟ੍ਰਾਂਜ਼ਿਟ ਨੈੱਟਵਰਕ ਦੁਆਰਾ ਐਂਟੀ-ਆਇਸਿੰਗ ਦਾ ਛਿੜਕਾਅ ਕਰੇਗਾ ਅਤੇ ਆਨਲਾਈਨ ਅਪਡੇਟ ਪ੍ਰਦਾਨ ਕਰੇਗਾ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਯਾਤਰਾ ਕਰਨ ਤੋਂ ਪਹਿਲਾਂ ਉਹ ਚੈੱਕ ਕਰ ਲੈਣ ਕਿ ਉਹਨਾਂ ਦਾ ਸਟਾਪ ਸੇਵਾ ਵਿੱਚ ਹੈ ਜਾਂ ਨਹੀਂ। ਵੀਲ ਟ੍ਰਾਂਸ ਸੇਵਾ ਜਾਰੀ ਰਹੇਗੀ। ਪਰ ਸੇਵਾ ਵਿੱਚ延迟 ਹੋ ਸਕਦੀ ਹੈ ਇਸ ਸਾਰੀਆਂ ਸਵਾਰੀਆਂ ਨੂੰ ਆਪਣੀ ਵੈੱਬਸਾਈਟ ਤੇ ਰੀਅਲ ਟਾਈਮ ਅਪਡੇਟ ਲੱਭਣ ਅਤੇ ਬਾਦੂ ਯਾਤਰਾ ਸਮੇਂ ਦੀ ਯੋਜਨਾ ਬਣਾਉਣ ਦੀ ਸਲਾਹ ਦਿੰਦਾ ਹੈ ਫਿਲਿਸਤੀਨੀਆ ਦਾ ਸਮਰਥਨ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਨੂੰ ਕਾਫੀ ਸੌਂਪਦੇ ਹੋਏ ਅਧਿਕਾਰੀਆਂ ਦੀ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਗਈ ਇੱਕ ਵੀਡੀਓ ਦੀ ਰਚਨਾਤਮਕਾਂ ਵੱਲੋਂ ਆਲੋਚਨਾ ਕੀਤੇ ਜਾਣ ਦੇ ਬਾਅਦ ਟੋਰਾਂਟੋ ਪੁਲਿਸ ਮੁਖੀ ਨੇ ਮਾਫੀ ਮੰਗੀ ਫਿਲਿਸਤੀਨੀ ਸਮਰਥਕ ਪ੍ਰਦਰਸ਼ਨਕਾਰੀਆਂ ਹਵਾਈਵੇ 401 ਦੇ ਉੱਪਰ ਐਵੈਨਿਊ ਰੋਡ ਓਵਰਪਾਸ ਤੇ ਕਈ ਹਫ਼ਤਿਆਂ ਤੋਂ ਪ੍ਰਦਰਸ਼ਨ ਕਰ ਰਹੇ ਨੇ 6 ਜਨਵਰੀ ਨੂੰ ਪ੍ਰਦਰਸ਼ਨ ਵਿੱਚ ਸ਼ਾਮਲ ਵਕੀਲ ਵੱਲੋਂ ਸੀਪੀ24 ਨਾਲ ਸਾਂਝੀ ਕੀਤੀ ਗਈ ਵੀਡੀਓ ਵਿੱਚ ਅਧਿਕਾਰੀਆਂ ਨੂੰ ਪੁਲ ਤੇ ਪ੍ਰਦਰਸ਼ਨਕਾਰੀਆਂ ਲਈ ਟਿਮ ਹਾਟਨਸ ਕਾਫੀ ਅਤੇ ਡੌਨਲਡਸ ਲਿਆਉਂਦੇ ਹੋਏ ਦਿਖਾਇਆ ਗਿਆ ਹੈ। ਵੀਡੀਓ ਵਿੱਚ ਜਿਸ ਪ੍ਰਦਰਸ਼ਨਕਾਰੀ ਨੂੰ ਕਾਫੀ ਸੌਂਪੀ ਗਈ ਹੈ ਉਸ ਮੁਤਾਬਕ ਕੋਈ ਕਾਫੀ ਲੈ ਕੇ ਆਇਆ ਸੀ ਪਰ ਪੁਲਿਸ ਨੇ ਉਹਨਾਂ ਨੂੰ ਓਵਰਪਾਸ ਤੇ ਨਹੀਂ ਜਾਣ ਦਿੱਤਾ। ਇਸ ਲਈ ਪੁਲਿਸ ਖੁਦ ਪ੍ਰਦਰਸ਼ਨਕਾਰੀਆਂ ਲਈ ਖਰੀਦੀ ਗਈ ਰਿਫਰੈਸ਼ਮੈਂਟ ਲੈ ਕੇ ਉਹਨਾਂ ਕੋਲ ਗਈ। మార్కో మెడిసినో టొరంటో రైడింగ్ ఆఫ్ ఇంగ్లింటన్ లారెన్స్ ది సంసద్ మెంబర్ athe saab ka jan suraksha mantri ne toronto police de is kadam di alochana kiti toronto de police mukhi myron domkeep ne adhikariyan ate ek vyakti vichar ek khaas galbad karan paida hoy chinta ate uljhan lai ek byan vich maafi mangi hai australia di sarkar ne nazi salami ate atwadi samuhhan nal jude jinna de pradarshan ya vikri te pabandi lagawan wale kanoon laagu kitte ne ਮੀਡੀਆ ਰਿਪੋਰਟਰਾਂ ਮੁਤਾਬਕ ਆਸਟ੍ਰੇਲੀਆਈ ਸਰਕਾਰ ਨੇ ਇੱਕ ਕਦਮ ਗਾਜ਼ਾ ਤੇ ਇਜ਼ਰਾਈਲ ਦੀ ਬੰਬਾਰੀ ਤੋਂ ਬਾਅਦ ਵਧਦੀਆਂ ਯਹੂਦੀ ਵਿਰੋਧੀ ਘਟਨਾਵਾਂ ਦੇ ਸੰਦਰਭ ਦੇ ਵਿੱਚ ਚੁੱਕਿਆ ਕਾਨੂੰਨ ਜਨਤਕ ਤੌਰ ਤੇ ਨਾਜ਼ੀ ਸਲਾਮੀ ਦੇਣ ਜਾਂ ਨਾਜ਼ੀ ਸਵਾਸਟਿਕ ਜਾਂ ਸੂਟਸ ਸਟਾਫਲ ਐਸਐਸ ਅਰਧ ਸੈਨਿਕ ਸਮੂਹ ਨਾਲ ਜੁੜੇ डबल सिग रून ਨੂੰ ਪ੍ਰਦਰਸ਼ਿਤ ਕਰਨ ਲਈ 12 ਮਹੀਨਿਆਂ ਤੱਕ ਦੀ ਕੈਦ ਦੀ ਸਜ਼ਾ ਦਾ ਪਰਬੰਧ ਕਰਦਾ ਹੈ ਇਸੇ ਤਰ੍ਹਾਂ ਇਹਨਾਂ ਚਿੰਨਾਂ ਦੀ ਵਿਕਰੀ ਅਤੇ ਵਪਾਰ ਤੇ ਵੀ پابੰਦੀ ਹੈ ਅਟਾਰਨੀ ਜਨਰਲ ਮਾਰਕ ਡ੍ਰੈਗਸ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਕਾਨੂੰਨ ਨੇ ਸਪਸ਼ਟ ਸੰਦੇਸ਼ ਦਿੱਤਾ ਹੈ ਕਿ ਨਸਲ ਕੁਸ਼ੀ ਜਾਂ ਅਤਵਾਦੀ ਕਾਰਵਾਈਆਂ ਦੀ ਵਡਿਆਈ ਕਰਨ ਵਾਲੀਆਂ ਲਈ ਆਸਟ੍ਰੇਲੀਆ ਵਿੱਚ ਕੋਈ ਥਾਂ ਨਹੀਂ ਡ੍ਰੇਫਸ ਨੇ ਕਿਹਾ ਇਹ ਆਪਣੀ ਕਿਸਮ ਦਾ ਪਹਿਲਾ ਕਾਨੂੰਨ ਹੈ ਅਤੇ ਇਹ ਯਕੀਨੀ ਬਣਾਏਗਾ ਕਿ ਆਸਟ੍ਰੇਲੀਆ ਵਿੱਚ ਕਿਸੇ ਨੂੰ ਵੀ ਨਾਜ਼ੀਆਂ ਅਤੇ ਉਸ ਦੀ ਬੁਰੀ ਵਿਚਾਰਧਾਰਾ ਦਾ ਜਸ਼ਨ ਮਨਾਉਣ ਵਾਲੇ ਕੰਮਾਂ ਅਤੇ ਪ੍ਰਤੀਕਾਂ ਦੀ ਵਡਿਆਈ ਕਰਨ ਜਾਂ ਉਨ੍ਹਾਂ ਤੋਂ ਲਾਭ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਨਵਾਂ ਕਾਨੂੰਨ ਇਸਲਾਮਿਕ ਸਟੇਟ ਹਮਾਸ ਜਾਂ کوردستان ਵਰਕਰਸ ਪਾਰਟੀ ਪਕੇ ਜਿਹੇ ਪਾਬੰਦੀਸ਼ੁਦਾ ਸੰਗਠਨਾਂ ਨਾਲ ਜੁੜੇ ਪ੍ਰਤੀਕਾਂ ਦੇ ਜਨਤਕ ਪ੍ਰਦਰਸ਼ਨ ਜਾਂ ਵਪਾਰ ਤੇ ਵੀ ਪਾਬੰਦੀ ਦੀ ਪੁਸ਼ਟੀ ਕਰਦਾ ਹੈ ऑस्ट्रेलिया ਦੇ ਗ੍ਰੇਟ ਬੈਰੀਅਰ ਰੀਫ ਦੇ ਇੱਕ ਛੋਟੇ ਜਿਹੇ ਟਾਪੂ ਤੇ ਸੋਮਵਾਰ ਨੂੰ ਇੱਕ ਹਲਕੇ ਜਹਾਜ਼ ਦੇ ਰਨਵੇ ਤੇ ਡਿੱਗਣ ਕਾਰਨ 10 ਯਾਤਰੀ ਜ਼ਖਮੀ ਹੋ ਗਏ ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ ਆਸਟ੍ਰੇਲੀਆਈ ਅਖਬਾਰ ਨੇ ਦੱਸਿਆ ਕਿ ਜਹਾਜ਼ ਨੇ 10 ਲੋਕਾਂ ਨੂੰ ਲੈ ਕੇ ਸੋਮਵਾਰ ਸਵੇਰੇ ਕੇਰਨਜ਼ ਲਈ ਨਿਰਧਾਰਿਤ ਸੇਵਾ ਤੇ ਉਡਾਨ ਭਰੀ ਸੀ ਉਡਾਨ ਪਰੰਦੇ ਤੁਰੰਤ ਬਾਅਦ ਜਹਾਜ਼ ਬ੍ਰਿਸਬੇਨ ਦੇ ਉੱਤਰ ਪੱਛਮ ਵਿੱਚ ਲਗਭਗ 1600 ਕਿਲੋਮੀਟਰ ਦੂਰ ਲਿਜ਼ਰਡ ਆਈਲੈਂਡ ਦੇ ਰਨਵੇ ਤੇ ਵਾਪਸ ਆ ਰਿਹਾ ਸੀ ਕਟਨਾ ਵਾਲੀ ਥਾਂ ਦੀਆਂ ਤਸਵੀਰਾਂ ਵਿੱਚ ਜਹਾਜ਼ ਦੇ ਬੁਰੀ ਤਰ੍ਹਾਂ ਨੁਕਸਾਨੇ ਗਏ ਟਾਂਚੇ ਜ਼ਮੀਨ ਤੇ ਖਿਲਰੇ ਹੋਏ ਦੇਖੇ ਜਾ ਸਕਦੇ ਨੇ ਆਸਟ੍ਰੇਲੀਅਨ ਟਰਾਂਸਪੋਰਟ ਸੇਫਟੀ ਬਿਊਰੋ ਦੇ ਚੀਫ ਕਮਿਸ਼ਨਰ ਐਂਕਸ ਮਿਸ਼ੇਲ ਨੇ ਕਿਹਾ ਕਿ ਟਾਊਨਸਵੈਲ 에ਅਰਲਾਈਨਸ ਦੁਆਰਾ ਸੰਚਾਲਿਤ ਸੀਸਨਾ 208 ਦਾ ਇੰਜਣ ਚੜ੍ਹਾਈਸ ਦੌਰਾਨ ਫੇਲ ਹੋ ਗਿਆ ਅਤੇ ਪਾਇਲਟ ਨੇ ਟਾਪੂ ਤੇ ਵਾਪਸ ਜਾਣ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਜਹਾਜ਼ ਕ੍ਰੈਸ਼ ਹੋ ਗਿਆ ਜਹਾਜ਼ ਵਿੱਚ ਬੈਠੇ ਲੋਕਾਂ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਹੈ ਕੋਇਜ਼ਲੈਂਡ ਦੇ ਸਿਹਤ ਵਿਭਾਗ ਨੇ ਪੁਸ਼ਟੀ ਕੀਤੀ ਕਿ ਸਾਰੇ 10 ਲੋਕਾਂ ਨੂੰ ਕੁਇਨਜ਼ ਹਸਪਤਾਲ ਲਜਾਇਆ ਗਿਆ ਜਿੱਥੇ ਸਥਾਨਕ ਨਿਊਜ਼ ਵੈਬਸਾਈਟ ਅਨੁਸਾਰ ਸਾਰਿਆਂ ਦੀ ਹਾਲਤ ਸਤ ਦਸਤੀ ਚੱ ਰਹੀ ਹੈ ਕੁਇਨਜ਼ਲੈਂਡ ਐਮ뷸ੈਂਸ ਸੇਵਾ ਦੀ ਕਾਰਜਕਾਰੀ ਸਹਾਇਕ ਕਮਿਸ਼ਨਰ ਬਰਾਇਨਾ ਕ੍ਰੀਟਿੰਗ ਨੇ ਕਿਹਾ ਕਿ ਇੱਕ ਵਿਅਕਤੀ ਦੇ ਹੱਥ ਵਿੱਚ ਸੱਟ ਲੱਗੀ ਹੈ ਅਤੇ ਦੂਜੇ ਦੇ ਸਿਰ ਵਿੱਚ ਸੱਟ ਲੱਗੀ ਹੈ ਹੋਰ ਲੋਕ ਵੀ ਜ਼ਖਮੀ ਹੋ ਗਏ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਕਿਹਾ ਕਿ ਸਰਕਾਰ ਉਸ ਕੋਟਾਲੇ ਵਿੱਚ ਮੁਆਵਜ਼ਾ ਦੇਣ ਦੀ ਤਿਆਰੀ ਕਰ ਰਹੀ ਹੈ ਜਿਸ ਵਿੱਚ ਸੈਂਕੜੇ ਸਬ ਪੋਸਟਮਾਸਟਰਾਂ ਤੇ ਧੋਖਾਧੜੀ ਦਾ ਦੋਸ਼ ਲਗਾਇਆ ਗਿਆ ਸੀ ਝੂਠੇ ਦੋਸ਼ਾਂ ਦਾ ਸਾਹਮਣਾ ਕਰਨ ਵਾਲਿਆਂ ਵਿੱਚ ਭਾਰਤੀ ਮੂਲ ਦੇ ਕਈ ਲੋਕ ਸ਼ਾਮਿਲ ਨੇ ਇੱਕ ਇੰਟਰਵਿਊ ਵਿੱਚ ਸੂਨਕ ਨੇ 1990 ਦੇ ਦਹਾਕੇ ਦੇ ਅਖੀਰ ਵਿੱਚ ਹਿਰੋਇਜ਼ਨ ਨਾਮਕ ਇੱਕ ਨੁਕਸਦਾਰ ਆਈਟੀ ਸਿਸਟਮ ਨੂੰ ਸ਼ਾਮਿਲ ਕਰਨ ਵਾਲੇ ਇਤਿਹਾਸਿਕ ਘਟਾਲੇ ਬਾਰੇ ਪੁੱਛਿਆ ਸੂਨਕ ਨੇ ਕਿਹਾ ਕਿ ਸਪਸ਼ਟ ਤੌਰ ਦੇ ਦਹਾਕੇ 90 ਦੇ ਵਿੱਚ ਜੋ ਵਾਪਰਿਆ ਉਹ ਸੱਚਮੁੱਚ ਭਿਆਨਕ ਤਸ਼ੱਦਦ ਸੀ ਇਹ ਸਾਰੇ ਪ੍ਰਭਾਵਿਤ ਲੋਕਾਂ ਲਈ ਇੱਕ ਡਰਾਉਣਾ ਸੁਪਨਾ ਹੈ ਹੁਣ ਉਹਨਾਂ ਲੋਕਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਜਿਸ ਦੇ ਉਹ ਹੱਕਦਾਰ ਹੈ ਸਰਕਾਰ ਨੇ ਪੀੜਤਾਂ ਨੂੰ 15 ਕਰੋੜ ਤੋਂ ਕਰੀਬ 1500 ਕਰੋੜ ਰੁਪਏ ਦਾ ਮੁਆਵਜ਼ਾ ਦਿੱਤਾ ਹੈ। ਪੀੜਤਾਂ ਲਈ ਹੁਣ ਤਿੰਨ ਵੱਖ-ਵੱਖ ਯੋਜਨਾਵਾਂ ਉਪਲਬਧ ਨੇ। ਨੁਕਸਦਾਰ ਲੇਖਾ ਪ੍ਰਣਾਲੀ ਤੋਂ ਪ੍ਰਭਾਵਿਤ ਦਰਜਨਾਂ ਲੋਕਾਂ ਨੇ ਅਦਾਲਤ ਦਾ ਰੁਖ ਕੀਤਾ ਹੈ। ਇਸ ਫਰਜ਼ੀ ਘਟਾਲੇ ਤੋਂ 700 ਤੋਂ ਵੱਧ ਸਬ ਪੋਸਟਮਾਸਟਰ ਪ੍ਰਭਾਵਿਤ ਨੇ। ਸੀਮਾ ਵਿਸ਼ਵਾਸ ਵੀ ਪ੍ਰਭਾਵਿਤਾਂ ਵਿੱਚ ਸ਼ਾਮਲ ਹੈ। ਉਸ ਨੂੰ 2021 ਵਿੱਚ ਅਦਾਲਤ ਤੋਂ ਰਾਹਤ ਮਿਲੀ ਸੀ। ਫਰਾਂਸ ਦੇ ਪ੍ਰਧਾਨ ਮੰਤਰੀ ਐਲਜ਼ਾਬੈਥ ਬੋਰੇਨ ਨੇ ਸੋਮਵਾਰ ਨੂੰ ਆਪਣੇ ਉਹਦੇ ਤੋਂ ਅਸਤੀਫਾ ਦੇ ਦਿੱਤਾ ਉਹਨਾਂ ਨੂੰ ਪ੍ਰਧਾਨ ਮੰਤਰੀ ਬਣੇ 2 ਸਾਲ ਤੋਂ ਵੀ ਘੱਟ ਸਮਾਂ ਹੋਇਆ ਸੀ ਉਹਨਾਂ ਨੇ ਅਸਤੀਫਾ ਅਜੇ ਹੀ ਸਮੇਂ ਦਿੱਤਾ ਜਦੋਂ ਅਜਈਆਂ ਖਬਰਾਂ ਆ ਰਹੀਆਂ ਹਨ ਕਿ ਰਾਸ਼ਟਰਪਤੀ ਐਮਿਊਨਲ ਮੈਂਕਰੋ ਇਸ ਸਾਲ ਦੇ ਅੰਤ ਵਿੱਚ ਹੋਣ ਵਾਲੀਆਂ ਯੂਰੋਪੀਅਨ ਚੋਣਾਂ ਤੋਂ ਪਹਿਲਾਂ ਆਪਣੀ ਚੋਟੀ ਦੀ ਟੀਮ ਵਿੱਚ ਫਿਰ ਬਦਲ ਕਰਨ ਦੀ ਤਿਆਰੀ ਕਰ ਰਹੇ ਨੇ ਰਾਸ਼ਟਰਪਤੀ ਦਫ਼ਤਰ ਨੇ ਕਿਹਾ ਕਿ ਰਾਸ਼ਟਰਪਤੀ ਐਮਿਊਨਲ ਮੈਂਕਰੋਨ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਐਲਜ਼ਾਬੈਥ ਬੋਰਨ ਦਾ ਅਸਤੀਵਾ ਸਵੀਕਾਰ ਕਰ ਲਿਆ ਬੋਰਨ ਦਾ ਅਸਤੀਵਾ ਹੋਰ ਉਪਾਵਾਂ ਤੋਂ ਇਲਾਵਾ ਕੁਝ ਏਜੰਸੀਆਂ ਕੁਝ ਵਿਦੇਸ਼ੀਆਂ ਵੱਲੋਂ ਦੇਸ਼ ਨਿਕਾਲੇ ਦੀ ਸਰਕਾਰ ਦੀ ਸਮਰੱਥਾ ਨੂੰ ਹੋਰ ਮਜ਼ਬੂਤ ਕਰਨ ਲਈ ਮੈਂਕਰੋ ਵੱਲੋਂ ਸਮਰਥਨ ਪ੍ਰਾਪਤ ਵਿਵਾਦਿਤ ਇਮੀਗ੍ਰੇਸ਼ਨ ਕਾਨੂੰਨ ਤੇ ਹਾਲੀਆ ਸਿਆਸੀ ਤਣਾਅ ਤੋਂ ਬਾਅਦ ਆਇਆ ਹੈ ਜਪਾਨ ਦੇ ਇਸ਼ਿਕਾਵਾ ਸੂਬੇ ਦੇ ਨੋਟੋ ਪ੍ਰਾਇਦੀਪ ਵਿੱਚ ਨਵੇਂ ਸਾਲ ਦੇ ਪਹਿਲੇ ਦਿਨ ਆਏ ਸ਼ਕਤੀਸ਼ਾਲੀ ਪੋਚਾਲ ਤੋਂ ਬਾਅਦ ਇੱਕ ਹਫ਼ਤੇ ਵਿੱਚ ਲਗਭਗ 1214 ਝਟਕੇ ਦਰਜ ਕੀਤੇ ਗਏ। ਜਪਾਨ ਮੌਸਮ ਵਿਗਿਆਨ ਏਜੰਸੀ ਨੇ ਚੇਤਾਵਨੀ ਦਿੱਤੀ ਕਿ ਪੋਚਾਲ ਤੋਂ ਬਾਅਦ ਦੋ ਹਫ਼ਤੇ ਵਿੱਚ ਤੇਜ਼ ਝਟਕੇ ਆਉਣ ਦੇ ਅਸਰ ਨੇ ਪੋਚਾਲ ਕਾਰਨ ਸੜਕਾਂ ਨੁਕਸਾਨੀਆਂ ਜਾਣ ਅਤੇ ਸੰਚਾਰ ਪ੍ਰਭਾਵਿਤ ਹੋਣ ਨਾਲ ਬਚਾਅ ਟੀਮਾਂ ਕੁਝ ਖੇਤਰਾਂ ਤੱਕ ਪਹੁੰਚਣ ਵਿੱਚ ਅਸਮਰਥ ਨੇ ਇਨ੍ਹਾਂ ਇਲਾਕਿਆਂ ਵਿੱਚ ਹੋਏ ਨੁਕਸਾਨ ਦਾ ਮੁਲਾਂਕਣ ਵੀ ਨਹੀਂ ਕੀਤਾ ਜਾ ਸਕਿਆ। ਇਸ ਦਰਮਿਆਨ 0 ਤੋਂ 4 ਡਿਗਰੀ ਸੈਲਸੀਅਸ ਦੇ ਠੰਡੇ ਤਾਪਮਾਨ ਕਾਰਨ ਸਥਿਤੀ ਨੂੰ ਹੋਰ ਵੀ ਖਰਾਬੀ ਮਿਲੀ ਹੈ ਕਿਉਂਕਿ ਹਜ਼ਾਰਾਂ ਘਰਾਂ ਨੂੰ ਬਿਜਲੀ ਅਤੇ ਪਾਣੀ ਦੀ ਸਪਲਾਈ ਠੱਪ ਹੋ ਗਈ ਹੈ। ਸੂਜ਼ੂ ਅਤੇ ਵਾਜ਼ੀਮਾ ਵਿੱਚ ਕ੍ਰਮਵਾਰ 12 ਅਤੇ 9 ਸੈਂਟੀਮੀਟਰ, 4.7 ਅਤੇ 10.5 ਇੰਚ ਬਰਫ਼ ਪਈ ਜਿਸ ਨਾਲ ਪੁਚਾਲ ਦੀਆਂ ਗਤੀਵਿਧੀਆਂ ਦੌਰਾਨ ਇਮਾਰਤਾਂ ਦੇ ਢਹਿ ਜਾਣ ਦਾ ਖਤਰਾ ਵੱਧ ਗਿਆ। ਬਰਫ਼ਬਾਰੀ ਕਾਰਨ ਸੜਕਾਂ ਦੀ ਬਰਮਾਦ ਦੀਆਂ ਕੋਸ਼ਿਸ਼ਾਂ ਵਿੱਚ ਵੀ ਦੇਰੀ ਹੋ ਰਹੀ ਹੈ ਜੋ ਪੁਚਾਲ ਪ੍ਰਭਾਵਿਤ ਖੇਤਰਾਂ ਵਿੱਚ ਰਾਹਤ ਸਹਾਇਤਾ ਪਹੁੰਚਾਉਣ ਲਈ ਮਹੱਤਵਪੂਰਨ ਹੈ। ਪੋਚਾਲ ਕਾਰਨ 28800 ਤੋਂ ਵੱਧ ਲੋਕਾਂ ਨੂੰ ਇਸ ਸ਼ਿਕਾਇਆ ਵਿੱਚ ਸਰਕਾਰੀ ਸ਼ੈਲਟਰ ਵਿੱਚ ਜਾਣ ਲਈ ਮਜਬੂਰ ਹੋਣਾ ਪਿਆ ਸੀ ਅਤੇ 103 ਲੋਕ ਅਜੇ ਵੀ ਲਾਪਤਾ ਨੇ ਜਪਾਨ ਦੀਆਂ ਸਵੈ ਰੱਖਿਆ ਫੋਰਸਾਂ ਨੇ ਆਫਤ ਰਾਹਤਾ ਕੌਸ਼ਲ ਸ਼ਾ ਵਿੱਚ ਸਹਾਇਤਾ ਲਈ 5900 ਬਚਾਅ ਕਰਮਚਾਰੀ ਤੈਨਾਤ ਕੀਤੇ ਹੋਏ ਨੇ ਮਾਲਦੀਵ ਦੀ ਸਰਕਾਰ ਨੇ ਸੋਮਵਾਰ ਨੂੰ ਭਾਰਤੀ ਹਾਈ ਕਮਿਸ਼ਨਰ ਮਨੂ ਮੁਹਾਵਰ ਨੂੰ ਸੂਚਿਤ ਕੀਤਾ ਕਿ ਤਾਂ ਕਿ ਉਸ ਦੇ ਮੁਅਤਲ ਕੀਤੇ ਜਾ ਚੁਕੇ ਤਿੰਨ ਮੰਤਰੀਆਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖਿਲਾਫ ਦਿੱਤੇ ਗਏ ਅਪਮਾਨਜਨਕ ਬਿਆਨ ਸਰਕਾਰ ਦੇ ਰੁਖ ਨੂੰ ਨਹੀਂ ਦਰਸਾਉਂਦੇ ਭਾਰਤੀ ਹਾਈ ਕਮਿਸ਼ਨ ਨੇ ਸੋਸ਼ਲ ਮੀਡੀਆ ਮੰਚ ਐਕਸ ਤੇ ਦੱਸਿਆ ਕਿ ਵਿਦੇਸ਼ ਮੰਤਰਾਲੇ ਵਿੱਚ ਅੰਬੈਸਡਰ ਐਟ ਲਾਰਜ ਡਾਕਟਰ ਅਲੀ ਨਸੀਰ ਮੁਹੰਮਦ ਨਾਲ ਦੋ ਪੱਖੀ ਮੁੱਦਿਆਂ ਤੇ ਚਰਚਾ ਕਰਨ ਲਈ ਭਾਰਤੀ ਹਾਈ ਕਮਿਸ਼ਨ ਦੀ ਬੈਠਕ ਅੱਜ ਤੈਅ ਸੀ ਦੀ ਸੰ ਆਨਲਾਈਨ ਦੀ ਖਬਰ ਅਨੁਸਾਰ ਮਾਲਦੀਵ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਬੈਠਕ ਵਿੱਚ ਨਸੀਰ ਨੇ ਸਪਸ਼ਟ ਕੀਤਾ ਕਿ ਉਪ ਮੰਤਰੀਆਂ ਦੇ ਬਿਆਨ ਮਾਲਦੀਵ ਦੀ ਸਰਕਾਰ ਦਾ ਰੁਖ ਨਹੀਂ ਦਰਸਾਉਂਦੇ। ਉਹਨਾਂ ਨੇ ਆਪਣੇ ਗੁਆਂਢੀਆਂ ਲਈ ਮਾਲਦੀਵ ਦਾ ਲਗਾਤਾਰ ਸਮਰਥਨ ਦੁਹਰਾਇਆ। ਮਾਲਦੀਵ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਸਰਕਾਰ ਨੂੰ ਵਿਦੇਸ਼ੀ ਨੇਤਾਵਾਂ ਖਿਲਾਫ ਸੋਸ਼ਲ ਮੀਡੀਆ ਮੰਚਾਂ ਤੇ ਅਪਮਾਨਜਨਕ ਬਿਆਨਾਂ ਦੀ ਜਾਣਕਾਰੀ ਹੈ ਅਤੇ ਇਹ ਨਿੱਜੀ رائے ਉਸ ਦੇ ਰੁਖ ਨੂੰ ਪ੍ਰਦਰਸ਼ਿਤ ਨਹੀਂ ਕਰਦੇ। ਇਸ ਤੋਂ ਪਹਿਲਾਂ ਭਾਰਤ ਨੇ ਸੋਮਵਾਰ ਨੂੰ ਮਾਲਦੀਵ ਦੇ ਦੂਤ ਇਬਰਾਹਿਮ ਸ਼ਹੀਬ ਨੇ ਤਲਬ ਕੀਤਾ ਅਤੇ ਮਾਲਦੀਵ ਦੇ ਕੁਝ ਮੰਤਰੀਆਂ ਵੱਲੋਂ ਪ੍ਰਧਾਨ ਮੰਤਰੀ ਖਿਲਾਫ ਸੋਸ਼ਲ ਮੀਡੀਆ ਤੇ ਪਾਇਆ ਗਿਆ ਬਿਆਨਾਂ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਸੀ ਮਾਲਦੀਵ ਦੇ ਤਿੰਨ ਮੰਤਰੀਆਂ ਮਾਲਸ਼ਾ ਸ਼ਰੀਫ, ਮਰੀਮ ਉਸਿਓਨਾ ਅਤੇ ਅਬਦੁੱਲਾ ਮੈਜ਼ੂਮਾ ਮਸਜਿਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੱਖਸ਼ਦੀਪ ਯਾਤਰਾ ਤੋਂ ਬਾਅਦ ਐਕਸ ਤੇ ਉਨ੍ਹਾਂ ਦੀ ਆਲੋਚਨਾ ਕਰਦੇ ਹੋਏ ਦੋਸ਼ ਲਾਇਆ ਕਿ ਨਵੀਂ ਦਿੱਲੀ ਇਸ ਕੇਂਦਰ ਸਾਸ਼ਿਤ ਪ੍ਰਦੇਸ਼ ਨੂੰ ਮਾਲਦੀਵ ਦੇ ਵਿਕਲਪ ਸੈਰ ਸਪਾਟਾ ਸਥਾਨ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਭਾਰਤ ਵਿੱਚ ਸੋਸ਼ਲ ਮੀਡੀਆ ਤੇ ਵਿਵਾਦ ਸ਼ੁਰੂ ਹੋਣ ਤੋਂ ਬਾਅਦ ਐਤਵਾਰ ਨੂੰ ਤਿੰਨਾਂ ਨੂੰ ਮੌਤਲ ਕਰ ਦਿੱਤਾ ਗਿਆ। ਨਵੀਂ ਦਿੱਲੀ ਵਿੱਚ ਅਧਿਕਾਰਿਤ ਸੂਤਰਾਂ ਨੇ ਕਿਹਾ ਕਿ ਮਾਲੇ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਐਤਵਾਰ ਨੂੰ ਮਾਲਦੀਵ ਦੇ ਵਿਸ਼ੇਸ਼ ਮੰਤਰਾਲੇ ਨਾਲ ਮਾਮਲੇ ਨੂੰ ਜ਼ੋਰਦਾਰ ਢੰਗ ਨਾਲ ਚੁੱਕਿਆ ਸੀ। ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਸ਼ੇਖ ਹਸਿਨਾ ਨੇ ਸੋਮਵਾਰ ਨੂੰ ਢਾਕਾ ਸਥਿਤ ਆਪਣੀ ਰਹਾਇਸ਼ ਗਣਪਾਵਨ ਵਿਖੇ ਮੀਡੀਆ ਨੂੰ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿੱਚ ਉਹਨਾਂ ਨੇ ਭਾਰਤ ਨੂੰ ਸੱਚਾ ਦੋਸਤ ਦੱਸਿਆ ਅਤੇ ਨਾਲ ਹੀ ਕਿਹਾ ਕਿ ਸਾਡੇ ਉਹਨਾਂ ਨਾਲ ਸ਼ਾਨਦਾਰ ਸਬੰਧ ਨੇ ਹੋਈਆਂ ਆਮ ਚੋਣਾਂ ਵਿੱਚ ਉਹ ਪੰਜਵੀਂ ਵਾਰ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਚੁਣੀ ਗਈ। ਹਸੀਨਾ ਦੀ ਪਾਰਟੀ ਆਵਾਮੀ ਲੀਗ ਨੇ 300 ਸੀਟਾਂ ਵਾਲੀ ਬੰਗਲਾਦੇਸ਼ੀ ਸੰਸਦ ਵਿੱਚ 223 ਸੀਟਾਂ ਜਿੱਤੀਆਂ ਨੇ। ਕੁੱਲ 299 ਸੀਟਾਂ ਲਈ ਚੋਣਾਂ ਹੋਈਆਂ ਸਨ। ਕਿਸੇ ਉਮੀਦਵਾਰ ਦੀ ਮੌਤ ਹੋਣ ਕਾਰਨ ਉਸ ਸੀਟ ਤੇ ਬਾਅਦ ਵਿੱਚ ਉਪ ਚੋਣ ਹੋਵੇਗੀ। ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ੀਆ ਦੀ ਅਗਵਾਈ ਵਾਲੀ ਮੁੱਖ ਵਿਰੋਧੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਅਤੇ ਇਸ ਦੇ ਸਹਿਯੋਗੀਆਂ ਨੇ ਆਮ ਚੋਣਾਂ ਦਾ ਬਾਈਕਾਟ ਕੀਤਾ। ਸ਼ੇਖ ਹਸੀਨਾ ਨੇ ਆਪਣੀ ਜਿੱਤ ਤੋਂ ਬਾਅਦ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਜਿਹੜੇ ਆਤਵਾਦੀ ਸੰਗਠਨਾਂ ਨਾਲ ਸਬੰਧ ਰੱਖਦੇ ਨੇ ਜਾਂ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਲੱਗੇ ਨੇ ਉਹ ਚੋਣਾਂ ਤੋਂ ਡਰਦੇ ਨੇ ਉਹ ਚੋਣ ਲੜਨ ਤੋਂ ਬਚਦੇ ਨੇ ਇਸ ਤਰ੍ਹਾਂ ਉਹ ਮੇਰੀ ਨਹੀਂ ਬਲਕਿ ਬੰਗਲਾਦੇਸ਼ ਦੇ ਲੋਕਾਂ ਦੀ ਜਿੱਤ ਵਿੱਚ ਯੋਗਦਾਨ ਪਾਉਂਦਾ ਹੈ ਮੈਨੂੰ ਖੁਸ਼ੀ ਹੈ ਕਿ ਅਸੀਂ ਆਜ਼ਾਦ ਅਤੇ ਨਿਰਪੱਖ ਚੋਣਾਂ ਯਕੀਨੀ ਬਣਾ ਸਕੇ ਉਹਨਾਂ ਕਿਹਾ ਤੁਹਾਨੂੰ ਯਾਦ ਹੋਣਾ ਚਾਹੀਦਾ ਹੈ ਮੇਰੇ ਪਿਤਾ ਦੇ ਕਤਲ ਤੋਂ ਬਾਅਦ ਮੈਂ ਦੇਸ਼ ਵਿੱਚ ਲੋਕਤੰਤਰ ਸਥਾਪਿਤ ਕਰਨ ਦੇ ਉਦੇਸ਼ ਨਾਲ ਹੀ ਬੰਗਲਾਦੇਸ਼ ਬਰਤਨ ਦਾ ਫੈਸਲਾ ਕੀਤਾ ਸੀ ਕਈ ਵਾਰ ਮੈਨੂੰ ਜਾਨ ਨੂੰ ਮਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਇਸ ਨੇ ਕਦੇ ਵੀ ਮੈਨੂੰ ਰੋਕਿਆ ਨਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਪ੍ਰਵਾਸੀ ਭਾਰਤੀ ਦਿਵਸ ਮੌਕੇ ਪ੍ਰਵਾਸੀ ਭਾਰਤੀਆਂ ਨੂੰ ਸ਼ੁਭ ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਦੇਸ਼ ਦੀ ਅਮੀਰ ਵਿਰਾਸਤ ਨੂੰ ਸੰਭਾਲਣ ਅਤੇ ਵਿਸ਼ਵ ਸੰਬੰਧਾਂ ਨੂੰ ਮਜ਼ਬੂਤ ਕਰਨ ਪ੍ਰਤੀ ਉਹਨਾਂ ਦਾ ਸਮਰਪਣ ਸਲਾਗਾ ਯੋਗ ਹੈ ਪ੍ਰਵਾਸੀ ਭਾਰਤੀ ਦਿਵਸ ਹਰ ਸਾਲ 9 ਜਨਵਰੀ ਨੂੰ ਭਾਰਤ ਦੇ ਵਿਕਾਸ ਵਿੱਚ ਵਿਦੇਸ਼ੀ ਭਾਰਤੀ ਪਾਈਚਾਰੇ ਦੇ ਯੋਗਦਾਨ ਦਾ ਸਨਮਾਨ ਕਰਨ ਲਈ ਮਨਾਇਆ ਜਾਂਦਾ ਹੈ ਪ੍ਰਧਾਨ ਮੰਤਰੀ ਨੇ ਐਕਸ ਤੇ ਪੋਸਟ ਵਿੱਚ ਕਿਹਾ ਪ੍ਰਵਾਸੀ ਭਾਰਤੀ ਦਿਵਸ ਦੀ ਮੁਬਾਰਕਬਾਦ ਇਹ ਦੁਨੀਆ ਭਰ ਵਿੱਚ ਪ੍ਰਵਾਸੀ ਭਾਰਤੀਆਂ ਦੇ ਯੋਗਦਾਨ ਅਤੇ ਪ੍ਰਾਪਤੀਆਂ ਦਾ ਜਸ਼ਨ ਮਨਾਉਣ ਦਾ ਦਿਨ ਹੈ ਇਹ ਸੰ ਅੱਜ ਦੀਆਂ ਮੁੱਖ ਮੁੱਖ ਖਬਰਾਂ ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੈਲ ਯੂ ਐਸ ਏ ਟੀ ਵੀ ਸਾਸਤ੍ਰਿਕਾ